ਭੜਕਾਉਂਦਾ ਵਾ ਦੇਸ਼ ਨੂੰ। ਕਦੀ ਕਹਿ ਦਿੰਦਾ ਜੀ ਇਹ ਖਾਲਿਸਤਾਨੀ ਨੇ, ਕਦੀ ਇੱਕ ਉਹ ਐਕਟ੍ਰੈਸ ਹੀ ਆ ਕੇ ਸਾਡੀਆਂ ਬਜ਼ੁਰਗ ਔਰਤਾਂ ਦਾ ਮਜ਼ਾਕ ਉਡਾਉਂਦੀ ਕੰਗਨਾ ਰਣੌਤ, ਜਿਹੜੀ ਕਿ ਆਪ ਇੱਕ ਨਚਾਰ ਆ, ਪੈਸੇ ਲੈ ਕੇ ਇਹਨਾਂ ਤੋਂ ਜੋ ਮਰਜ਼ੀ ਕਰਵਾ ਲਓ, ਜਿੱਥੇ ਮਰਜ਼ੀ ਨਚਵਾ ਲਓ। 90-90 ਸਾਲ ਦੀਆਂ ਬੀਬੀਆਂ ਸੰਘਰਸ਼ ਸਭ ਆ ਰਹੀਆਂ ਨਾ, ਜਿਹਨਾਂ ਦੇ ਕੁੱਬ ਨਿਕਲੇ ਹੋਏ ਨੇ, ਉਹਨਾਂ ਨੂੰ ਕਹਿੰਦੀ ਜੀ ਇਹ ਦਿਹਾੜੀ ਤੇ ਲੈ ਕੇ ਆਉਂਦੇ ਨੇ, ਆਹ ਤੁਹਾਨੂੰ ਦਿਹਾੜੀਦਾਰ ਲੱਗਦੇ ਨੇ ਨਜ਼ਰ ਜਿਹੜੇ ਲੋਕ ਬੈਠੇ ਨੇ। ਕਾਫੀ ਵੱਡਾ ਜੱਥਾ ਇਹ ਲੈ ਕੇ ਆਏ ਨੇ, ਤਾਂ ਅਸੀਂ ਜੇ ਹੋਰ ਕੁਛ ਨਹੀਂ ਕਰ ਸਕਦੇ, ਘੱਟੋ ਘੱਟ ਅਸੀਂ ਇਹਨਾਂ ਦੇ ਪਿੱਛੇ ਹੌਸਲਾ ਅਫਜਾਈ ਤਾਂ ਕਰ ਸਕਦੇ ਨਾ। ਅਸੀਂ ਜਿੰਨੇ ਜੋਗੇ ਵੀ ਹਾਂ, ਮੈਂ ਔਰ ਮੇਰੇ ਕੁਛ ਅੱਛੇ ਮਿੱਤਰ, ਕੁਛ ਅੱਛੇ ਰਿਸ਼ਤੇਦਾਰਾਂ ਨੇ, ਅੱਜ ਅਸੀਂ ਕੁਛ ਸਮੱਗਰੀ ਲੈ ਕੇ ਇੱਥੇ, ਕਿਉਂਕਿ ਪਤਾ ਨਹੀਂ ਕਿੰਨੀ ਦੇਰ ਬਹਿਣਾ ਪੈਣਾ ਇਹਨਾਂ ਨੂੰ, ਅਸੀਂ ਇਹਨਾਂ ਵਾਸਤੇ ਕੁਛ ਸਮਾਨ ਲੈ ਕੇ ਹਾਂ। ਉਹ ਕੋਈ ਆਸਾਨ ਨਹੀਂ ਗਾ, ਉਹ ਵੈਸੇ ਹੀ ਸਾਡਾ ਫਰਜ਼ ਆ, ਸਾਰੇ ਪੰਜਾਬ ਦੇ ਲੋਕਾਂ ਦਾ ਫਰਜ਼ ਆ। ਉਹ ਅਸੀਂ ਇੱਥੇ ਪਹੁੰਚ ਕੇ ਅਤੇ ਇਹਨਾਂ ਦੀ ਇਮਦਾਦ ਹੌਸਲਾ ਅਫਜਾਈ, ਸਾਡੇ ਪਿੱਛੇ ਇਸ ਵਕਤ ਨਿਤਨੇਮ ਹੋ ਰਿਹਾ ਵਾ, ਰਹਿ ਰਾਸ ਦਾ ਪਾਠ ਕਰ ਰਹੇ ਨੇ। ਮੈਂ ਜਦੋਂ ਦਾ ਆਇਆ, ਮੈਨੂੰ ਤਕਰੀਬਨ ਕਾਫੀ ਦੇਰ ਹੋ ਗਈ ਆ, ਲਗਾਤਾਰ ਉੱਥੇ ਪਾਠ ਚੱਲ ਰਿਹਾ, ਤੁਸੀਂ ਸ਼ਾਇਦ ਪਿੱਛੇ ਦੇਖ ਵੀ ਸਕਦੇ, ਇੱਕ ਵਾਰੀ ਪਿੱਛੇ ਘੁਮਾਇਓ ਲਾਈਟ ਵੀ ਜ਼ਰਾ, ਨਿਤਨੇਮ ਦਾ ਪਾਠ ਚੱਲ ਰਿਹਾ ਵਾ, ਤੁਸੀਂ ਦੇਖ ਲਓ। ਜਿਹੜੇ ਇਸ ਦੇਸ਼ ਦੇ ਟੀ ਵੀ ਵਾਲੇ ਇੱਧਰ ਲੈ ਆਉਂਦੇ, ਜਿਹੜੇ ਇਸ ਦੇਸ਼ ਦਾ ਸ਼ਰਾਰਤੀ ਟੀ ਵੀ ਹੈ ਨਾ, ਜਿਹਨੂੰ ਹੁਣ ਲੋਕਾਂ ਨੇ ਨਾਮ ਦੇ ਦਿੱਤਾ ਗੋਦੀ ਮੀਡੀਆ, ਉਹ ਭੜਕਾਉਂਦਾ ਵਾ ਦੇਸ਼ ਨੂੰ। ਕਦੀ ਕਹਿ ਦਿੰਦਾ ਜੀ ਇਹ ਖਾਲਿਸਤਾਨੀ ਨੇ, ਕਦੀ ਕਹਿ ਦਿੰਦੇ ਜੀ ਇਹ ਹੈਗੇ ਨੇ ਕੀ ਕਹਿੰਦੇ ਹੁੱਲੜਬਾਜ਼ ਨੇ ਬੀਜੇਪੀ ਦੇ ਆਗੂ, ਕਦੀ ਇੱਕ ਉਹ ਐਕਟ੍ਰੈਸ ਹੀ ਆ ਕੇ ਸਾਡੀਆਂ ਬਜ਼ੁਰਗ ਔਰਤਾਂ ਦਾ ਮਜ਼ਾਕ ਉਡਾਉਂਦੀ ਕੰਗਨਾ ਰਣੌਤ, ਜਿਹੜੀ ਕਿ ਆਪ ਇੱਕ ਨਚਾਰ ਆ, ਪੈਸੇ ਲੈ ਕੇ ਇਹਨਾਂ ਤੋਂ ਜੋ ਮਰਜ਼ੀ ਕਰਵਾ ਲਓ, ਜਿੱਥੇ ਮਰਜ਼ੀ ਨਚਵਾ ਲਓ। ਇਸ ਤਰ੍ਹਾਂ ਦੀ ਔਰਤ ਨੂੰ ਵੀ ਇਹਨੂੰ ਹਿੰਮਤ ਆ, ਜਿਹੜੀਆਂ ਸਾਡੀਆਂ 90-90 ਸਾਲ ਦੀਆਂ ਬੀਬੀਆਂ ਸੰਘਰਸ਼ ਸਭ ਆ ਰਹੀਆਂ ਨਾ, ਜਿਹਨਾਂ ਦੇ ਕੁੱਬ ਨਿਕਲੇ ਹੋਏ ਨੇ, ਉਹਨਾਂ ਨੂੰ ਕਹਿੰਦੀ ਜੀ ਇਹ ਦਿਹਾੜੀ ਤੇ ਲੈ ਕੇ ਆਉਂਦੇ ਨੇ, ਆਹ ਤੁਹਾਨੂੰ ਦਿਹਾੜੀਦਾਰ ਲੱਗਦੇ ਨੇ ਨਜ਼ਰ ਜਿਹੜੇ ਲੋਕ ਬੈਠੇ ਨੇ। ਸ਼ਰਮ ਨਹੀਂ ਆਉਂਦੀ ਸਾਡੇ ਇਸ ਦੇਸ਼ ਦੇ ਅਮੀਰ ਬੰਦਿਆਂ ਨੂੰ। ਆਹ ਜਿਹੜਾ ਮੀਡੀਆ ਨੈਸ਼ਨਲ ਹੈ, ਇਹਨਾਂ 'ਚ ਹੁਣ ਇੰਨੀ ਹਿੰਮਤ ਨਹੀਂ ਗੀ ਕਿਸੇ ਇੱਕ ਵਿਅਕਤੀ ਦਾ ਨਾ ਬਿਆਨ ਚੱਕ ਕੇ। ਉਹ ਬੰਦੇ ਨੇ ਅੱਕੇ ਥੱਕੇ ਨੇ, ਉਹਨੇ ਕਿਹਾ ਵੀ ਜੇ ਇੱਦਾਂ ਨਹੀਂ ਮੰਨਣਾ ਤਾਂ ਫਿਰ ਦੂਜੇ ਤਰ੍ਹਾਂ ਸੋਧਾਂਗੇ ਮੋਦੀ ਨੂੰ ਜਾਂ ਫਲਾਨੇ ਨੂੰ। ਉਹ ਇੱਕ ਬਿਆਨ ਚੱਕ ਲਿਆ ਇੱਕ ਬੰਦੇ ਦਾ। ਆਹ ਰੋਜ਼ ਇੱਥੇ ਧਰਨਾ ਲੱਗਦਾ ਵਾ, ਆਹ ਲੱਖਾਂ ਦੀ ਤਾਦਾਦ ਵਿੱਚ ਹਜ਼ਾਰਾਂ ਟਰਾਲੀਆਂ, ਕਈ ਕਿਲੋਮੀਟਰ ਲੰਬਾ ਧਰਨਾ ਲੱਗਿਆ, ਉੱਥੇ ਨਹੀਂ ਦਿਖਾਇਆ ਵੀ ਉਹਦੇ ਪੁੱਤਾਂ ਨੇ, ਤੇ ਸਿਰਫ ਇੱਕ ਬੰਦੇ ਦਾ ਬਿਆਨ ਚੱਕ ਕੇ ਤਾਂ ਕਿ ਟੋਰਪੀਡੋ ਕੀਤਾ ਜਾਵੇ, ਧਰਨੇ ਨੂੰ ਟੋਰਪੀਡੋ ਕੀਤਾ ਜਾਵੇ, ਇਹਨੂੰ ਕਿਸੇ ਤਰੀਕੇ ਨਾਲ ਇਹਨੂੰ ਉਖਾੜ ਦਿੱਤਾ ਜਾਵੇ। ਔਰ ਤਾਂ ਬੜੀ ਦੇਰ ਦੀ ਸਰਕਾਰ ਤਾਂ ਚਾਹੁੰਦੀ ਕਿ ਇਹ ਕਿਸੇ ਤਰੀਕੇ ਨਾਲ ਹਿੰਸਕ ਰੂਪ ਲੈ ਜਾਵੇ, ਸਾਨੂੰ ਮੌਕਾ ਮਿਲੇ ਲਾਠੀਆਂ ਮਾਰਨ ਦਾ, ਸਾਨੂੰ ਲੋਕਾਂ ਗੋਲੀਆਂ ਮਾਰਨ ਦਾ ਇਹਨਾਂ ਨੂੰ ਮੌਕਾ ਮਿਲੇ। ਪਰ ਇਹਨਾਂ ਬਹਾਦਰ ਕਿਸਾਨਾਂ ਨੇ ਅੱਜ ਤੱਕ ਇਹ ਸਾਰੀ ਗੱਲ ਨੂੰ ਸ਼ਾਂਤਮਈ ਰੱਖਿਆ ਵਾ। ਠੀਕ ਹੈ, ਜਿੱਦਣ ਦਿੱਲੀ ਆਉਣਾ 'ਚ ਸਾਡਾ ਅਧਿਕਾਰ ਸੀਗਾ, ਇਹ ਸਾਡੀ ਰਾਜਧਾਨੀ ਉਨੀ ਆ ਜਿੰਨੀ ਕਿਸੇ ਮੋਦੀ ਦੀ ਅਤੇ ਕਿਸੇ ਅਮਿਤ ਸ਼ਾਹ ਦੀ ਹੋਵੇਗੀ,